subscribe PDC Punjabi and press the bell icon to never miss an update. Download karo PDC Play app te suno live gurbani naal hi vekho Punjabi movies, gaane te shows. ਖਾਸ ਮਹਿਮਾਨ ਦੇ ਨਾਲ ਮੈਂ ਮਿਲਾਉਣਾ ਹੈ ਮਿਲਾਉਣੀ ਓਏ ਸਰ ਤੇ ਆ ਵੀ ਗਏ ਹੈਲੋ ਸਰ ਹੈਲੋ ਜੀ ਹਾਊ ਆਰ ਯੂ ਆਈ ਐਮ ਐਕਚੁਅਲੀ ਨਰਵਸ ਅੱਜ ਮੈਨੂੰ ਕਹਿੰਦੇ ਵੀ ਤੁਸੀਂ ਪੰਜਾਬੀ ਇਸ ਵੀਕ ਦੇ ਵਿੱਚ ਨਾ ਡੀਐਸਪੀ ਸਾਹਿਬ ਦੀ ਇੰਟਰਵਿਊ ਕਰਨੀ ਮੈਂ ਕਿਹਾ ਵੀ ਚੰਗਾ ਭਲਾ ਅਸੀਂ ਫਨ ਲਵਿੰਗ ਸ਼ੋਅ ਕਰਦੇ ਹਾਂ ਐਂਟਰਟੇਨਮੈਂਟ ਕਰਦੇ ਅੱਜ ਡੀਐਸਪੀ ਸਾਹਿਬ ਦੀ ਇੰਟਰਵਿਊ ਕਿੱਦਾਂ ਆਈ ਐਮ ਐਕਚੁਅਲੀ ਨਰਵਸ ਨਹੀਂ ਤੁਸੀਂ ਨਰਵਸ ਨਾ ਹੋਵੋ ਬਿਕੋਜ਼ ਇਸ ਮੰਚ ਤੇ ਆ ਕੇ ਮੈਂ ਨਰਵਸ ਹੋ ਜਾਣਾ ਜੇ ਤੁਸੀਂ ਨਰਵਸ ਹੋ ਗਏ ਅੱਛਾ ਸਰ ਚਾਹ ਇੰਜੋਏ ਕਰ ਰਹੇ ਹੋ ਚਾਹ ਬਿਲਕੁਲ ਇੰਜੋਏ ਕਰ ਰਿਹਾ ਜੀ ਕਹਿੰਦੇ ਨੇ ਕਿ ਚਾਹ ਦੇ ਵਿੱਚ ਜਿਹੜੀ ਇਲਾਚੀ ਆ ਹਰ ਕਿਸੇ ਲਈ ਨਹੀਂ ਪਾਈ ਜਾਂਦੀ ਇਹਦਾ ਬੜਾ ਅਲੱਗ ਹੀ ਮਿਜ਼ਾਜ ਹੁੰਦਾ ਹੈ ਸੋ ਥੈਂਕ ਯੂ ਸੋ ਮਚ ਇੰਨੀ ਪਿਆਰੀ ਚਾਹ ਪਿਲਾਉਣ ਲਈ ਇੱਥੇ ਥੈਂਕ ਯੂ ਸਰ ਤੁਸੀਂ ਆਏ ਇਟਸ ਐਨ ਆਨਰ ਐਂਡ ਵੈਸੇ ਵੀ ਪੁਲਿਸ ਵਾਲਿਆਂ ਨਾਲ ਚਾਹ ਪੀਣੀ ਸੇਮ ਲੈਵਲ ਤੇ ਬਹਿ ਕੇ ਹੈ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਹੈ ਇਟ ਇਜ਼ ਮਾਈ ਆਨਰ ਜੀ ਥੈਂਕ ਯੂ ਸੋ ਮਚ ਸਭ ਤੋਂ ਪਹਿਲਾਂ ਤਾਂ ਮੈਂ ਪੀਟੀਸੀ ਦਾ ਧੰਨਵਾਦ ਕਰਦਾ ਕਿ ਤੁਸੀਂ ਇਨਵਾਈਟ ਕੀਤਾ ਮੈਨੂੰ ਇਸ ਸ਼ੋਅ ਤੇ ਐਂਡ ਮੈਂ ਸ਼ੋਅ ਵੇਖਦਾ ਤੁਹਾਡਾ ਠੀਕ ਹੈ ਸੋ ਇਹ ਇਟ ਇਜ਼ ਅ ਬਿਗ ਆਨਰ ਫਾਰ ਮੀ ਆਲਸੋ ਥੈਂਕ ਯੂ ਸਰ ਦੁਨੀਆ ਤੁਹਾਨੂੰ ਡੀਐਸਪੀ ਗੁਰਜੋਤ ਐਸ ਕਲੇਰ ਕਹਿੰਦੀ ਹੈ ਪਰ ਮੈਂ ਜੋ ਤੁਹਾਡੀ ਹੁਣ ਤੱਕ ਜਿੰਨਾ ਵੀ ਮੈਂ ਰਿਸਰਚ ਕੀਤਾ ਕਿਉਂਕਿ ਮੈਂ ਤੁਹਾਡੀ ਇੰਟਰਵਿਊ ਕਰਨੀ ਸੀ ਆਈ ਵਾਜ਼ ਰਿਸਰਚਿੰਗ ਦੈਟ ਹੂ ਇਜ਼ ਦਿਸ ਪਰਸਨ ਮੈਂ ਬਹੁਤ ਕੁਝ ਹੋਰ ਸਾਰੀਆਂ ਸ਼ੇਡਸ ਦੇਖੀਆਂ ਅ ਥਿੰਕਰ ਅ ਰਾਈਟਰ ਅ ਸਿੰਗਰ ਅ ਪੋਇਟ ਇੰਨੀਆਂ ਸਾਰੀਆਂ ਸ਼ੇਡਸ ਇਨ ਵਨ ਪਰਸਨ ਐਂਡ ਟੂ ਕੈਰੀ ਇਟ ਆਫ ਵੈਲ ਇਨਫ ਕਿ ਉਹ ਲੋਕਾਂ ਤੱਕ ਪਹੁੰਚ ਰਹੀ ਹੈ ਹਾਊ ਡੂ ਯੂ ਮੈਨੇਜ ਦਿਸ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਮੈਨੂੰ ਇੰਨਾ ਕੁਛ ਕਰਨ ਦਾ ਮੌਕਾ ਮਿਲਦਾ ਐਂਡ ਬਾਕੀ ਜਿਹੜੀਆਂ ਵੀ ਜਿੰਨੀਆਂ ਵੀ ਚੀਜ਼ਾਂ ਨੇ ਸੀ ਪੁਲਿਸਿੰਗ ਇਜ਼ ਅ ਪ੍ਰੋਫੈਸ਼ਨ ਮੈਂ ਬਾਈ ਪ੍ਰੋਫੈਸ਼ਨ ਇੱਕ ਪੁਲਿਸ ਆਫਿਸਰ ਦੇ ਕਿਰਦਾਰ ਨਿਭਾ ਰਿਹਾ ਸੋਸਾਇਟੀ ਵਿੱਚ ਬਟ ਐਟ ਦ ਸੇਮ ਟਾਈਮ ਮਾਈ ਪੈਸ਼ਨਸ ਆਲਸੋ ਇਨਵੋਲਵ ਰਾਈਟਿੰਗ ਮੈਂ ਪਿਛਲੇ ਸਾਲ ਇੱਕ ਬੁੱਕ ਲੈ ਕੇ ਆਇਆ ਸੀਗਾ ਅਤੇ ਯੂ ਨੋ ਦੈਨ ਆਈ ਰਾਈਟ ਫੋਰ ਵੇਰੀਅਸ ਨਿਊਜ਼ ਪੇਪਰਸ ਸਾਰਿਆਂ ਲਈ ਲਿਖਦਾ ਮੈਂ ਐਂਡ ਦੈਨ ਆਲਸੋ ਯੂ ਨੋ ਡੂਇੰਗ ਸੋਸ਼ਲ ਸੌਂਗਸ ਆਈ ਰਿਮੈਂਬਰ ਕਿ ਮਾਰਚ 2017 ਵਿੱਚ ਪੀ ਟੀ ਸੀ ਨੇ ਵਰਲਡ ਪ੍ਰੀਮੀਅਰ ਕੀਤਾ ਸੀ ਮੇਰੇ ਗੀਤ ਦਾ ਮਾਈ ਹੀਰੋ ਫਾਰਮਰ ਦਾ ਅਤੇ ਇਸੇ ਤਰ੍ਹਾਂ ਹੁਣ ਮੈਂ ਦੁਬਾਰਾ ਇੱਕ ਨਵਾਂ ਗੀਤ ਲੈ ਕੇ ਆਇਆ ਲੋਕਾਂ ਲਈ ਵਿਚ ਇਜ਼ ਦਿਲ ਸੇ ਸਲਾਮ ਸੋ ਆਈ ਥਿੰਕ ਇਟ ਇਜ਼ ਗੋਡਸ ਓਪਰਚੁਨਿਟੀ ਯੂ ਨੋ ਕਿ ਮੈਨੂੰ ਇਹ ਕੰਮ ਕਰਨ ਦਾ ਮੌਕਾ ਮਿਲਦਾ ਹੈ ਆਈ ਬਿਲੀਵ ਕ੍ਰੀਏਟਿਵਿਟੀ ਇਜ਼ ਲਾਈਕ ਮੈਜਿਕ ਠੀਕ ਹੈ ਜਦੋਂ ਤੁਸੀਂ ਕੋਈ ਯੂ ਨੋ ਤੁਹਾਡੀ ਜਿਹੜੀ ਰੂਹ ਹੈ ਮੇਰੀ ਰੂਹ ਦੀ ਖੁਰਾਕ ਹੈ ਉਹ ਸੋ ਆਈ ਥਿੰਕ ਆਈ ਗੈਟ ਇੰਜੋਇਮੈਂਟ ਫਰੋਮ ਇਟ ਆਈ ਗੈਟ ਯੂ ਨੋ ਮੋਰ ਇੰਸਪੀਰੇਸ਼ਨ ਫਰੋਮ ਇਟ ਤੇ ਤੁਹਾਡੇ ਜਿਹੜੇ ਸਟਾਫ ਤੁਹਾਡੇ ਆਲੇ ਦੁਆਲੇ ਜਿਹੜਾ ਤੁਹਾਡਾ ਡਿਪਾਰਟਮੈਂਟ ਹੈ ਉਹ ਤੁਹਾਨੂੰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਰ ਦਾ ਗਾਣਾ ਵੀ ਆਇਆ ਹੁਣੇ ਉਹਨੇ ਸਰ ਨੇ ਗਾਣਾ ਕੀਤਾ ਜਾਂ ਸਰ ਦੀ ਬੁੱਕ ਹੈ ਉਹ ਹਾਊ ਡੂ ਦੇ ਟ੍ਰੀਟ ਯੂ ਇਵਨ ਜਿਹੜੇ ਤੁਹਾਡੇ ਕੋਲ ਆਪਣਾ ਕੇਸ ਵੀ ਲੋਕ ਲੈ ਕੇ ਆਉਂਦੇ ਨੇ ਮਤਲਬ ਉਹਨਾਂ ਦੇ ਡਿਫਰੈਂਟ ਇਨਸਾਈਟ ਹੋ ਜਾਂਦੇ ਕਿ ਨਹੀਂ ਦਿਸ ਪਰਸਨ ਇਜ਼ ਐਨ ਆਰਟਿਸਟਿਕ ਪਰਸਨ ਵੀ ਕੈਨ ਐਕਚੁਅਲੀ ਟਾਕ ਟੂ ਹਿਮ ਲਾਈਕ ਨੋਰਮਲ ਤਰੀਕੇ ਨਾਲ ਆਈ ਆਲਵੇਜ਼ ਬਿਲੀਵ ਕਿ ਅ ਪੁਲਿਸ ਆਫਿਸਰ ਯੂ ਨੋ ਇਜ਼ ਨਾਟ ਓਨਲੀ ਅ ਵੈਰੀ ਸਟ੍ਰਿਕਟ ਗਾਏ ਬਿਹਾਈਂਡ ਦ ਪੁਲਿਸ ਯੂਨੀਫਾਰਮ ਇਜ਼ ਆਲਸੋ ਅ ਹਿਊਮਨ ਬੀਇੰਗ ਠੀਕ ਹੈ ਇਨ ਫਲੈਸ਼ ਐਂਡ ਬਲੱਡ ਅਤੇ ਮੈਨੂੰ ਅਕਸਰ ਲੋਕ ਕਹਿੰਦੇ ਕਿ ਤੁਸੀਂ ਗਾਣਾ ਵੀ ਲਿਖਦੇ ਹੋ ਤੁਸੀਂ ਗਾਉਂਦੇ ਵੀ ਹੋ ਮੈਂ ਉਹਨਾਂ ਨੂੰ ਇਹ ਪੁੱਛਦਾ ਕਿ ਯਾਰ ਪਹਿਲਾਂ ਇਹ ਦੱਸੋ ਕਿ ਇਹ ਕਿੱਥੇ ਲਿਖਿਆ ਹੈ ਕਿ ਇੱਕ ਪੁਲਿਸ ਅਫਸਰ ਗਾ ਨਹੀਂ ਸਕਦਾ ਜਾਂ ਇਹ ਕਿੱਥੇ ਲਿਖਿਆ ਕਿ ਪੁਲਿਸ ਅਫਸਰ ਲਿਖ ਨਹੀਂ ਸਕਦਾ ਐਂਡ ਮੋਰ ਓਵਰ ਯੂ ਨੋ ਸਾਇਰਾ ਜੀ ਇਟ ਇਜ਼ ਅਬਾਊਟ ਚੇਂਜਿੰਗ ਦ ਪੀਪਲਸ ਪਰਸੈਪਸ਼ਨਸ ਸੀ ਤੁਹਾਨੂੰ ਜ਼ਿੰਦਗੀ ਇੱਕ ਵਾਰ ਮਿਲੀ ਹੈ ਠੀਕ ਹੈ ਇਹ ਇੱਕ ਖੂਬਸੂਰਤ ਗਹਿਣਾ ਹੈ ਠੀਕ ਹੈ ਸੋ ਯੂ ਨੋ ਯੂ ਹੈਵ ਟੂ ਮੇਕ ਫੁੱਲ ਯੂਜ਼ ਆਫ ਇਟ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਕ ਕਰੂੰਗਾ ਜਾਂ ਮੈਂ ਆਉਣ ਵਾਲੇ ਸਮੇਂ 'ਚ ਇਹ ਕਰੂੰਗਾ ਜੋ ਕਰਨਾ ਹੈ ਅੱਜ ਕਰਨਾ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਿਹਾ ਕਾਲ ਕਰੇ ਸੋ ਅੱਜ ਕਰੇ ਸੋ ਅਬ ਕਬ ਕਬ ਪ੍ਰਲੇ ਹੋ ਜਾਏਗੀ ਫਿਰ ਕਰੇਗਾ ਕਬ ਸੋ ਯੂ ਹੈਵ ਟੂ ਲਿਵ ਯੋਰ ਲਾਈਫ ਯੋਰ ਫਸਟ ਐਨਕਾਊਂਟਰ ਵਿਦ ਯੋਰ ਸੈਲਫ ਕਿ ਮੈਂ ਗਾ ਸਕਦਾ ਵਾਟ ਵਾਸ ਦੈਟ ਮਾਈ ਫਸਟ ਐਨਕਾਊਂਟਰ ਵਿਦ ਮਾਈ ਸੈਲਫ ਕਿ ਮੈਂ ਗਾ ਸਕਦਾ ਇਟ ਵਾਸ ਅ ਰਿਵੋਲੂਸ਼ਨ ਯੂ ਨੋ ਉਹ ਆਪਣੇ ਆਪ ਵਿੱਚ ਇੱਕ ਸੈਲਫ ਰਿਵੋਲੂਸ਼ਨ ਸੀਗਾ ਆਈ ਵਾਸ ਆਲਵੇਜ਼ ਫੌਂਡ ਆਫ ਗਿਟਾਰ ਅਤੇ ਜਦੋਂ ਬਟ ਯੂ ਨੋ ਵੈਨ ਆਈ ਵਾਸ ਪ੍ਰਿਪੇਅਰਿੰਗ ਫੋਰ ਮਾਈ ਸਰਵਿਸਿਸ ਅਤੇ ਮੈਨੂੰ ਟਾਈਮ ਨਹੀਂ ਸੀ ਮਿਲਦਾ ਉਦੋਂ ਗਿਟਾਰ ਕਰਨ ਦਾ ਸੋ ਦੀ ਫਸਟ ਥਿੰਗ ਵਿਚ ਆਈ ਯੂ ਨੋ ਆਈ ਬੋਟ ਫਰੋਮ ਮਾਈ ਸੈਲਰੀ ਵਾਸ ਗਿਟਾਰ ਅਤੇ ਅੱਜ ਵੀ ਮੇਰੀ ਯੂ ਨੋ ਕਾਰ ਹੈ ਉਹਦੇ ਵਿੱਚ ਐਟ ਦੀ ਬੈਕ ਆਫ ਇਟ ਗਿਟਾਰ ਅਕਸਰ ਪਿਆ ਹੁੰਦਾ ਸੋ ਜਦੋਂ ਮੈਂ ਉਸਨੂੰ ਵਜਾਉਣਾ ਸ਼ੁਰੂ ਕੀਤਾ ਯੂ ਨੋ ਸਾਜ ਨੂੰ ਜਦੋਂ ਤੁਸੀਂ ਛੇੜਦੇ ਹੋ ਤਾਂ ਯੂ ਨੋ ਹੌਲੀ ਹੌਲੀ ਇੱਕ ਕਹਿੰਦੇ ਨੇ ਯੂ ਨੋ ਗਾਇਨ ਇੱਕ ਸਰਵੋਤਮ ਚੀਜ਼ ਹੈ ਤਾਂ ਤੁਸੀਂ ਹੌਲੀ ਹੌਲੀ ਗਾਣਾ ਸਟਾਰਟ ਕਰਦੇ ਹੋ ਮਾਈ ਮਦਰ ਇਜ਼ ਅ ਵੈਰੀ ਗੁੱਡ ਸਿੰਗਰ ਇਨ ਫੈਕਟ ਸੋ ਯੂ ਨੋ ਨਹੀਂ ਉਹ ਤਾਂ ਬਹੁਤ ਜ਼ਿਆਦਾ ਅੱਛੇ ਸਿੰਗਰ ਨੇ ਮੈਂ ਤਾਂ ਹੁਣੇ ਰਿਆਜ਼ ਸ਼ੁਰੂ ਕੀਤਾ ਯਾਰ ਤੁਸੀਂ ਆਡੀਅੰਸ ਦੀ ਐਕਸਪੈਕਟੇਸ਼ਨ ਵਧਾ ਦੇਣੀ ਹੈ ਮੇਰੇ ਤੋਂ ਵੈਨ ਐਵਰ ਯੂ ਕਮ ਅਪ ਵਿਦ ਯੋਰ ਨਿਊ ਸੌਂਗ ਔਰ ਐਨੀਥਿੰਗ ਵਿਚ ਇਜ਼ ਕ੍ਰੀਏਟਿਵ ਡੂ ਯੂ
ਜਦੋਂ ਤੁਸੀਂ ਲਿਖਦੇ ਹੋ ਆਈ ਯੂ ਡੂਇੰਗ ਇਟ ਵਿਦ ਐਨ ਇਨਸਟਿੰਕਟ ਆਫ ਅ ਪੁਲਿਸ ਆਫਿਸਰ ਔਰ ਐਜ਼ ਅ ਕ੍ਰੀਏਟਿਵ ਪਰਸਨ ਕਿਉਂਕਿ ਇੱਕ ਪੁਲਿਸ ਆਫਿਸਰ ਜੇ ਗਾਣਾ ਲਿਖੇਗਾ ਤੇ ਉਹ ਪੁਲਿਸ ਦੇ ਲਈ ਜੇ ਗਾਣਾ ਲਿਖੇਗਾ ਜਾਂ ਆਮ ਜਨਤਾ ਲਈ ਗਾਣਾ ਲਿਖੇਗਾ ਉਹਦਾ ਪੁਆਇੰਟ ਆਫ ਵਿਊ ਵੱਖਰਾ ਹੋਏਗਾ ਬਿਕਾਜ਼ ਹੀ ਹੈ ਸੀਨ ਬਲੱਡ ਸ਼ੈਡ ਹੀ ਹੈ ਸੀਨ ਕ੍ਰਾਈਮਸ ਹੀ ਹੈ ਸੀਨ ਕ੍ਰਿਮੀਨਲ ਉਹਦਾ ਕੁਝ ਹੋਰ ਪੁਆਇੰਟ ਆਫ ਵਿਊ ਹੋਏਗਾ ਪਰ ਇੱਕ ਤੁਹਾਡੇ ਮੇਰੇ ਵਰਗੇ ਬੰਦੇ ਦਾ ਹੂਜ਼ ਇਨ ਅ ਕ੍ਰੀਏਟਿਵ ਵਰਲਡ ਅ ਕ੍ਰੀਏਟਿਵ ਸਪੇਸ ਉਹਦਾ ਇੱਕ ਇਨਸਟਿੰਕਟ ਵੱਖਰਾ ਹੋਏਗਾ ਚੀਜ਼ਾਂ ਨੂੰ ਲੈ ਕੇ ਸੋ ਆਈ ਵੁੱਡ ਸੇ ਕਿ ਮੈਂ ਜਦੋਂ ਬਚਪਨ 'ਚ ਨਾ ਮੈਨੂੰ ਆਦਤ ਸੀ ਕਿ ਮੈਂ ਟੋਬੇ 'ਚ ਬਹੁਤ ਖੇਡਦਾ ਹੁੰਦਾ ਸੀ ਪਿੰਡ ਦੀਆਂ ਗਲੀਆਂ 'ਚ ਅਸੀਂ ਪੈਦਾ ਹੋਏ ਹਾਂ ਹੈ ਨਾ ਅਤੇ ਉੱਥੇ ਖੇਡਦੇ ਹੁੰਦੇ ਸੀ ਅਤੇ ਮਿੱਟੀ 'ਚ ਖੇਡ ਕੇ ਮਤਲਬ ਵੱਡੇ ਹੋਏ ਹਾਂ ਸੋ ਜਦੋਂ ਘਰ ਆਉਂਦੇ ਸੀ ਨਾ ਤਾਂ ਯੂ ਨੋ ਮਾਈ ਮਦਰ ਮਾਂ ਹਮੇਸ਼ਾ ਕਹਿੰਦੀ ਸੀ ਕਿ ਡਿਟੋਲ ਨਾਲ ਹੱਥ ਧੋ ਲੈ ਖਾਣਾ ਖਾਣ ਤੋਂ ਪਹਿਲਾਂ ਠੀਕ ਹੈ ਅਤੇ ਸੋ ਇਨ ਦਾ ਸੇਮ ਮੈਨਰ ਯੂ ਨੋ ਵੈਨ ਵੀ ਵਰਕ ਇਨ ਏ ਸੋਸਾਇਟੀ ਯੂਅਰ 100% ਰਾਈਟ ਮੈਂ ਇਸ ਚੀਜ਼ ਨਾਲ ਅਗਰੀ ਕਰਦਾ ਕਿ ਯੂ ਨੋ ਐਜ਼ ਅ ਪੁਲਿਸ ਆਫਿਸਰ ਆਪਾਂ ਸਾਰਾ ਦਿਨ ਯੂ ਨੋ ਵੀ ਡੀਲ ਵਿਦ ਦੀ ਬੈਡ ਐਲੀਮੈਂਟਸ ਆਲਸੋ ਕ੍ਰਿਮੀਨਲਸ ਨਾਲ ਡੀਲ ਕਰਦੇ ਹਾਂ ਸੋ ਯੂ ਨੋ ਵੈਨ ਯੂ ਕਮ ਬੈਕ ਹੋਮ ਤੁਹਾਡੇ 'ਤੇ ਨੈਗੇਟਿਵਿਟੀ ਰਬ ਨਾ ਹੋਏ ਸੋ ਜਿਹੜਾ ਡਿਟੋਲ ਦਾ ਕੰਮ ਉਸ ਵੇਲੇ ਕਰਦਾ ਸੀ ਬਚਪਨ 'ਚ ਉਹ ਕ੍ਰੀਏਟਿਵਿਟੀ ਹੁਣ ਕਰਦੀ ਹੈ ਸੋ ਵੈਨ ਆਈ ਯੂ ਨੋ ਵੈਨ ਆਈ ਰਾਈਟ ਸਮਥਿੰਗ ਮੈਂ ਸੁਬਾਹ ਉੱਠ ਕੇ ਜਾਂ ਰਾਤ ਨੂੰ ਲੇਟ ਰਾਤ ਕੁਛ ਲਿਖਦਾ ਕੁਛ ਯੂ ਨੋ ਕੁਛ ਕੰਪੋਜ਼ ਕਰਦਾ ਸੋ ਯੂ ਨੋ ਇਟ ਕਲੀਨਜ਼ ਮਾਈ ਸੋਲ ਉਹ ਹੁਣ ਮੇਰੀ ਰੂਹ ਨੂੰ ਧੋ ਦਿੰਦੀ ਹੈ ਸੋ ਦੈਟ ਇਜ਼ ਹਾਊ ਯੂ ਨੋ ਆਈ ਰਿਲੇਟ ਟੂ ਇਟ ਐਂਡ ਆਈ ਰਾਈਟ ਐਜ਼ ਅ ਪਰਸਨ ਐਜ਼ ਅ ਹਿਊਮਨ ਬੀਇੰਗ ਐਜ਼ ਅ ਯੂਨੀਵਰਸਲੀ ਯੂ ਨੋ ਅਟੈਚਡ ਪਰਸਨ not as a police officer are request you ke tusi please dil se salam because it is your new recent track tusi please oga deo jehda dil se salam hai sahara ji the idea of writing this hindi song dil se salam came jadon pulwama de vich attacks hoye theek hai main hamesha manda ji ke apa jehde sade fauji bhara ne you know they are the real sons of the soil ne oh sara din sarhad te khad ke apni duty nibhaunde hai sadi raksha karde hai theek hai but aksar you know assi unna nu bhul jande ha ਨੋਰਮਲੀ ਆਪਾਂ ਅਗਰ ਦੇਖਿਆ ਜਾਏ ਮੇਰਾ ਪਰਸਨਲ ਫੀਲ ਹੈ ਬਾਕੀ ਮੈਂ ਗਲਤ ਵੀ ਹੋ ਸਕਦਾ ਆਪਾਂ ਨੋਰਮਲੀ ਯੂ ਨੋ 15 ਅਗਸਤ ਜਾਂ 26 ਜਨਵਰੀ 'ਤੇ ਜਾਂ ਆਪਾਂ ਕੋਈ ਐਸਾ ਅਟੈਕ ਹੁੰਦਾ ਤਾਂ ਆਪਾਂ ਉਹਨਾਂ ਨੂੰ ਜ਼ਿਆਦਾ ਯਾਦ ਕਰਦੇ ਹਾਂ ਬਟ ਇਨ ਦੀ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਾਂ ਭੁੱਲ ਜਾਂਦੇ ਹਾਂ ਸੋ ਆਈ ਵਾਂਟਿਡ ਟੂ ਯੂ ਨੋ ਡਿਵੋਟ ਸਮਥਿੰਗ ਟੂ ਦੈਮ ਐਂਡ ਮੋਰ ਓਵਰ ਜਿਹੜੇ ਮੇਰੇ ਨਾਨਾ ਜੀ ਨੇ ਉਹਨਾਂ ਨੇ ਖੁਦ ਇੰਡੀਅਨ ਆਰਮੀ ਦੇ ਵਿੱਚ ਸਰਵ ਕੀਤਾ ਉਹਨਾਂ ਨੇ ਦੇਸ਼ ਲਈ ਤਿੰਨੋਂ ਲੜਾਈਆਂ ਲੜੀਆਂ 62 ਦੀ 65 ਦੀ ਅਤੇ 71 ਦੀ ਸੋ ਆਈ ਥੋਟ ਯੂ ਨੋ ਵਾਈ ਨੋਟ ਰਾਈਟ ਅ ਸੌਂਗ ਸੋ ਆਈ ਜਸਟ ਵਾਂਟਿਡ ਟੂ ਕੀਪ ਇਟ ਸਿੰਪਲ ਅਤੇ ਮੈਂ ਉਸ 'ਤੇ ਬੋਲ ਰੱਖੇ ਦਿਲ ਸੇ ਸਲਾਮ ਸੋ ਇਹ ਹਾਰਟ ਫਿਲ ਟ੍ਰਿਬਿਊਟ ਹੈ ਟੂ ਦੀ ਸੋਲਜਰਸ ਆਫ ਇੰਡੀਆ ਲਾਈਨਾਂ ਮੈਂ ਜ਼ਰੂਰ ਸੁਣਾ ਦੇਣਾ ਸੋ ਦਿਸ ਸੌਂਗ ਸਟਾਰਟਸ ਲਾਈਕ ਦਿਸ ਤੀਨ ਰੰਗੋਂ ਕਾ ਯੇ ਝੰਡਾ ਆਪਣੇ ਦੇਸ਼ ਕੀ ਸ਼ਾਨ ਹੈ ਹੋਨੇ ਨਾ ਦੇ ਇਸ ਕਾ ਤੂੰ ਅਪਮਾਨ ਤੇਰੀ ਵੀਰਤਾ ਕਾ ਬਲੀਦਾਨ ਹੈ ਤੂੰ ਹੈ ਮਹਾਨ ਤੁਝੇ ਦਿਲ ਸੇ ਸਲਾਮ ਤੁਝੇ ਦਿਲ ਸੇ ਸਲਾਮ ਤੁਝੇ ਦਿਲ ਸੇ ਸਲਾਮ ਚਲ ਚਲਤਾ ਚਲ ਆਗੇ ਤੂੰ ਬੜਤਾ ਹੀ ਚਲ ਤੂੰ ਨਾ ਝੁਕਾ ਕਭੀ ਤੂੰ ਨਾ ਰੁਕਾ ਕਭੀ ਮੌਤ ਵੀ ਘਬਰਾਏ ਜਬ ਨਾਮ ਤੇਰਾ ਆਏ ਚਲ ਚਲਤਾ ਚਲ ਆਗੇ ਤੂੰ ਬੜਤਾ ਹੀ ਚਲ ਓ ਮੇਰੇ ਜਵਾਨ ਦਿਲ ਸੇ ਸਲਾਮ ਦਿਲ ਸੇ ਸਲਾਮ ਤੁਝੇ ਦਿਲ ਸੇ ਸਲਾਮ ਚਲ ਥੈਂਕ ਯੂ ਸੋ ਮਚ ਗੁਰਜੋਤ ਸਰ ਐਂਡ ਯੂ ਸਿੰਗ ਰੀਅਲੀ ਬਿਊਟੀਫੁਲੀ ਮੈਂ ਤੁਹਾਨੂੰ ਲਾਈਵ ਸੁਣ ਕੇ ਬਹੁਤ ਵਧੀਆ ਲੱਗਾ ਮੈਨੂੰ ਥੈਂਕ ਯੂ ਸੋ ਮਚ ਫੋਰ ਕੰਡਕਟਿੰਗ ਦ ਇੰਟਰਵਿਊ ਜੀ ਐਂਡ ਯੂ ਨੋ ਆਈ ਜਸਟ ਵਾਂਟ ਟੂ ਸੇ ਸਮਥਿੰਗ ਟੂ ਦੀ ਮਾਸਸ ਥਰੂ ਯੋਰ ਮੀਡੀਅਮ ਕੇ ਸ਼ੋਰ ਸਰ ਲਾਈਫ ਦੇ ਵਿੱਚ ਯੂ ਨੋ ਨੈਵਰ ਕੰਪੀਟ ਵਿਦ ਪੀਪਲ ਆਪਣੇ ਆਪ ਨੂੰ ਆਪਣੀ ਜਰਨੀ ਐਵਰੀਵਨ ਇਜ਼ ਯੂਨੀਕ ਇਨ ਦਿਸ ਵਰਲਡ ਠੀਕ ਹੈ ਨਾ ਆ ਪ੍ਰੋਬਲਮ ਉਦੋਂ ਆਉਂਦੀ ਹੈ ਯੂ ਨੋ ਜਦੋਂ ਆਪਾਂ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਕਿਸੇ ਹੋਰ ਨਾਲ ਠੀਕ ਹੈ ਸੋ ਅਗਰ ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਨਾਲ ਕੰਪੇਅਰ ਕਰੋਗੇ ਯੂ ਵਿਲ ਬਿਕਮ ਅ ਬਿਟਰ ਪਰਸਨ BITER ਬਟ ਅਗਰ ਤੁਸੀਂ ਆਪਣੇ ਆਪ ਨੂੰ ਖੁਦ ਨਾਲ ਕੰਪੇਅਰ ਕਰਦੇ ਹੋ ਯੂ ਵਿਲ ਬਿਕਮ ਅ ਬੈਟਰ ਪਰਸਨ ਸੋ ਦਿਸ ਇਜ਼ ਅ ਬਿਟਰ ਵਰਸਿਸ ਬੈਟਰ ਦੀ ਇੱਕ ਸਟਰਗਲ ਹੈ ਐਂਡ ਕਹਿੰਦੇ ਨੇ ਕਿ ਰਾਤਾਂ ਨਹੀਂ ਬਦਲਦੀਆਂ ਖੁਆਬ ਬਦਲਦੇ ਹੈ ਰਾਤਾਂ ਨਹੀਂ ਬਦਲਦੀਆਂ ਖੁਆਬ ਬਦਲਦੇ ਹੈ ਮੰਜ਼ਿਲਾਂ ਨਹੀਂ ਬਦਲਦੀਆਂ ਕਾਰਵੇਂ ਬਦਲਦੇ ਹੈ ਰੱਖੋ ਜਜ਼ਬਾ ਮਿਹਨਤ ਕਰਨ ਦਾ ਦਿਨ ਰਾਤ ਰੱਖੋ ਜਜ਼ਬਾ ਮਿਹਨਤ ਕਰਨ ਦਾ ਦਿਨ ਰਾਤ ਕਿਉਂਕਿ ਕਿਸਮਤ ਬਦਲੇ ਜਾਂ ਨਾ ਬਦਲੇ ਵਕਤ ਜ਼ਰੂਰ ਬਦਲਦੇ ਹੈ Definitely. Thank you so much. With this beautiful message and a beautiful song, that's all. But mera dil bilkul dil nahi kar raha ki interview khatam kare kyunki interview na hi sirf was creative but also very very insightful. Thank you so much. Ji, lekin mera duty de jaan da time ho gaya. Main tode to vida lena hun. Thank you so much. Thank you so much sir for coming here. Thank you.